ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦੇ ਮੇਨ ਚੌਂਕ ਵਿੱਚ ਕਿਸਾਨ ਮਜ਼ਦੂਰ ਜਾਗਰੂਕਤਾ ਜਥੇਬੰਦੀ ਮਾੜੀ ਵੱਲੋਂ ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਲੈਣ ਦੇ ਫੈਸਲੇ ਮੌਕੇ ਪਹਿਲਾਂ ਗੁਰਦੁਆਰਾ ਸ਼ਹੀਦਾਂ ਦੇ ਗ੍ਰੰਥੀ ਸਿੰਘ ਗੁਰਜਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਕਿਸਾਨ ਅੰਦੋਲਨ ਦੀ ਜਿੱਤ ਹੈ ਅਤੇ ਕਿਸਾਨਾਂ ਵੱਲੋਂ ਕੀਤੇ ਸੰਘਰਸ਼ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਕੁਰਬਾਨੀਆਂ ਹੀ ਸਫਲਤਾ ਦਾ ਕਾਰਨ ਨੇ। ਹੁਸ਼ਿਆਰਪੁਰ ਤੋਂ ਦਲਜੀਤ ਦਨੋਆ ਦੀ ਜ਼ੀਰੋ ਲਾਈਨ ਟੀਵੀ ਦੇ ਲਈ ਰਿਪੋਰਟ। ਹਾਂਜੀ ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਮੂਹ ਮਾਲਪੁਰ ਗੜ ਨਗਰ ਜੰਬੇ ਵਾਲੇ ਇਲਾਕੇ ਦੇ ਕਿਸਾਨ ਵੀਰ ਸਾਡੀਆਂ ਭੈਣਾਂ ਇਕੱਠੇ ਹੋ ਕੇ ਜੋ ਤਿੰਨ ਕਾਲੇ ਕਾਨੂੰਨ ਇਹ ਮੋਦੀ ਸਰਕਾਰ ਲੈ ਕੇ ਆਈ ਸੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ 'ਤੇ, ਉਹ ਕਾਲੇ ਕਾਨੂੰਨ ਵਾਪਸ ਹੋਏ ਹੈ। ਲਗਾਤਾਰ ਕਰੀਬ ਇੱਕ ਸਾਲ ਦੇ ਨੇੜੇ ਤੇੜੇ ਸਾਨੂੰ 26 ਨਵੰਬਰ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਸੀ ਇਸ ਅੰਦੋਲਨ ਦਾ, ਜਦੋਂ ਦੇ ਦਿੱਲੀ ਜਾ ਕੇ ਬੈਠੇ ਸੀ ਅਤੇ ਬੜੀ ਦੇਸ਼ ਦੀਆਂ ਗਹਿਰਾਈਆਂ 'ਚੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਸਾਰੀ ਸੰਗਤ ਨੇ। ਜਦੋਂ ਪ੍ਰਕਾਸ਼ ਦਿਹਾੜੇ 'ਤੇ ਇਹ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਇਹ ਕਾਨੂੰਨ ਵਾਪਸ ਲਏ, ਅਤੇ ਇੱਕ ਸਾਡੇ ਵਜੂਦ ਦੀ ਲੜਾਈ ਸੀ। ਇਹ ਹਰ ਇੱਕ ਬੰਦੇ ਨੇ, ਜੇ ਛੱਬੂ ਬਾਰਡਰ ਤੋਂ ਵੀ ਗੱਲ ਕਰੀਏ, ਜਦੋਂ ਮੋਰਚਾ ਲੈ ਕੇ ਗਏ ਹਾਂ ਅਤੇ ਜੇ ਛੱਬੂ ਮੋਰਚਾ ਵੀ ਜਿਹੜਾ ਸਰਕਾਰ ਨੇ ਬੈਰੀਕੇਡ ਲਾਇਆ ਸੀ ਕਿ ਉਹ ਬੈਰੀਕੇਡ ਪੱਟੇ ਤਾਂ ਆਪਣੇ ਇਲਾਕੇ ਦੇ ਬੰਦਿਆਂ ਨੇ ਪੱਟੇ ਆ। ਛੰਬੂ ਤੋਂ ਲੈ ਕੇ ਦਿੱਲੀ ਤੱਕ, ਸਿੰਘੂ ਬਾਰਡਰ ਤੱਕ ਆ ਟੀਮ ਸਾਰੀ ਖੜੀ ਆ। ਤੁਸੀਂ ਅੱਜ ਵੀ ਕੋਈ ਚੈਨਲ 26-27 ਨਵੰਬਰ 2020 ਦੀ ਦੇਖ ਸਕਦੇ ਆ, ਜਿਹੜੇ ਸਰਕਾਰ ਦੇ ਬੈਰੀਕੇਡ ਪੱਟ ਕੇ 27 ਨਵੰਬਰ ਨੂੰ ਦਿੱਲੀ ਪਹੁੰਚੇ ਸੀ ਅਤੇ ਅੱਜ ਤੱਕ ਉਸ ਦਿੱਲੀ ਦੇ ਬਾਰਡਰ ਦੇ ਉੱਤੇ ਚਾਹ ਪਕੌੜੇ ਦਾ ਲੰਗਰ ਲਾ ਕੇ ਬੈਠੇ ਹਾਂ। ਅਸੀਂ ਧੰਨਵਾਦੀ ਉਹਨਾਂ ਇਹਨਾਂ ਦਾ ਹੀ ਵੀਰਾਂ ਦੇ ਵੀ, ਕਿਉਂਕਿ ਅਸੀਂ ਇੱਕ ਦਿਨ ਬੈਠੇ ਹਿਸਾਬ ਕਿਤਾਬ ਲਾਉਂਦੇ ਸੀ, ਘੱਟੋ ਘੱਟ ਲੰਗਰ ਦੇ ਉੱਪਰ 1.5 ਕਰੋੜ ਰੁਪਈਆ ਖਰਚ ਆ ਗਿਆ ਅਤੇ ਉਹ ਭਰਾਵਾਂ ਦਾ ਜਿਹਨੇ ਇੱਥੇ ਲੋਕਲ ਵੀ ਅਤੇ ਉੱਥੇ ਐਨਆਰਆਈਆਂ ਨੇ ਵੀ ਜਿਹੜੇ ਪੈਸੇ ਭੇਜੇ ਆ, ਅਸੀਂ ਸਾਰਾ ਸਾਡੀ ਸਾਰੀ ਟੀਮ ਖੜੀ ਆ। ਉਹਦੇ ਇਕੱਲੇ ਇਕੱਲੇ ਨੈਣ ਲੱਗਾ ਮੈਂ ਗੁਸਤਾਖੀ ਹੋਊਗੀ। ਸੋ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।